Assalamu alaikum ji, main thoda apna host Baba ji, Save Historical Places of Pakistan, Save Gurdwaras and Temples of Pakistan, Punjab Page, The Heritage of Pakistan, aur ye hai mera Pakistan, Sikh Period Footsteps in Pakistan. Tamam pages de naal, main thoda apna host Baba ji. Main hasbe wada tuhade naal kya si ki main koi na koi nayi cheez jehdi hai, main oh samne leke aavanga. ਇਹ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਮੈਂ ਖਲੋਤਾ ਆਇਆ ਵਾਂ, ਇਹ ਗੁਰਦੁਆਰਾ ਸਾਹਿਬ ਜਿਹੜਾ ਮੇਨ ਬਾਜ਼ਾਰ ਦਾ ਹੈ, ਸੁੱਖੋ ਮੇਨ ਬਾਜ਼ਾਰ, ਸੁੱਖੋ ਮੇਨ ਬਾਜ਼ਾਰ ਦਾ ਗੁਰਦੁਆਰਾ ਹੈ, ਉਹਦੇ ਨਾਲ ਬਣੇ ਹੋਏ ਜਿਹੜੇ ਚੈਂਬਰ ਸਨ ਜਾਂ ਕਾਰ ਸਨ ਜਾਂ ਯਾਤਰੀ ਨਿਵਾਸ ਸਨ, ਉਹਨਾਂ ਦੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਝਲਕ ਦਿਖਾਉਂਦਾ ਜਾਵਾਂ, ਕਿਉਂਕਿ ਗੁਰਦੁਆਰਾ ਤੋਂ ਚਾਰ ਦੇ ਚਾਰ ਗੁਰਦੁਆਰੇ ਜਿਹੜੇ ਸਨ ਸੁੱਖੋ ਦੇ, ਉਹ ਅਲੋਪ ਹੋ ਚੁੱਕੇ ਨੇ. ਇਸ ਤੋਂ ਪਹਿਲੇ ਮੈਂ ਇੱਕ ਸਿੱਖ ਹਵੇਲੀ ਦਿਖਾ, ਦੋ ਸਿੱਖ ਹਵੇਲੀਆਂ ਦਿਖਾ ਚੁੱਕਿਆ ਵਾਂ, ਲੇਕਿਨ ਹੁਣ ਮੈਂ ਤੁਹਾਨੂੰ ਆਓ ਇਹ ਯਾਤਰੀ ਨਿਵਾਸ ਜਾਂ ਜਿਹੜੀ ਅਟੈਚ ਸੀ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਜਿਹੜੀ ਬਿਲਡਿੰਗ ਸੀ, ਉਹਦਾ ਮੈਂ ਤੁਹਾਨੂੰ ਥੋੜ੍ਹਾ ਬਹੁਤ ਦਿਖਾਵਾਂ. ਸ਼ਾਇਦ ਕੁਛ ਤੁਹਾਨੂੰ ਜਿਹੜਾ ਨਾ ਕੁਛ ਲੋਕ ਜਿਹੜੇ ਐਸੇ ਨੇ, ਕੁਲਤਾਰ ਲਾਂਬਾ ਸਾਹਿਬ, ਹਾਂ ਕੁਲਤਾਰ ਲਾਂਬਾ ਸਾਹਿਬ ਇਸ ਸੁੱਖੋ ਦੇ ਪ੍ਰਾਇਮਰੀ ਸੋਰਸ ਨੇ ਸਾਡੇ ਗਰੁੱਪ ਦੇ, ਔਰ ਉਹ ਸਾਨੂੰ ਦੱਸਣਗੇ ਕਿ ਵੀ ਵਾਕਈ ਇਹ ਗੱਲ ਜਿਹੜੀ ਮੈਂ ਕਹਿ ਰਿਹਾ ਉਹ ਠੀਕ ਹੈ ਜਾਂ ਗਲਤ ਹੈ, ਜਾਂ ਉਸ ਚੀਜ਼ ਦੇ ਮਤਲਬ ਉਹ ਤਰਦੀਦ ਕਰਨਗੇ, ਕਿਉਂਕਿ ਇਹ ਜਗ੍ਹਾ ਹੁਣ 99 ਈਅਰ ਵਾਸਤੇ ਜਿਹੜੀ ਹੈ ਉਹ ਲੀਜ਼ ਦੇ ਉੱਤੇ ਚਲੀ ਗਈ ਹੈ. ਜਿਨ੍ਹਾਂ ਸਾਹਿਬਾਂ ਨੇ ਕਰਾਈ ਸੀ ਉਹਨਾਂ ਦੀ ਡੈਥ ਹੋ ਗਈ, ਹੁਣ ਉਹਨਾਂ ਦੇ ਬੱਚੇ ਜਿਹੜੇ ਨੇ 99 ਈਅਰਸ ਵਾਲੀ ਜਿਹੜੀ ਹੈ ਉਹ ਕਰ ਰਹੇ ਨੇ. ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ. ਆਓ ਮੈਂ ਤੁਹਾਨੂੰ ਕੁਝ ਦਿਖਾਉਂਦਾ ਦੂੰਗਾ. ਇਹ ਬਾਉਂਡਰੀ ਸੀ, ਇਸ ਜਗ੍ਹਾ ਤੱਕ ਪ੍ਰੋਪਰਟੀ ਸੀ ਗੁਰਦੁਆਰੇ ਦੀ. ਮੈਂ ਦੱਸਦਾ ਮੈਂ ਖਿੜਕੀਆਂ ਤੁਹਾਨੂੰ, ਸੰਗਤ ਨੇ ਬੜੀਆਂ ਹੀ ਚਾਵਾਂ ਦੇ ਨਾਲ ਬਣਾਈ ਹੋਈ ਜਗ੍ਹਾ ਜਿਹੜੀ ਹੈ ਉਹ ਇੱਥੇ ਮੌਜੂਦ ਹੈ, ਔਰ ਮੈਂ ਕਹਾਂਗਾ ਕਿ ਖਾਲਸਾ ਰੂਟਸ ਜਿਹੜੇ ਨੇ ਉਹ ਇੰਨੇ ਮਜ਼ਬੂਤ ਸਨ ਕਿ ਮੈਂ ਦੁਲਤਾਲਾ, ਕਰਨਾਲੀ, ਸੁੱਖੋ, ਤਮਾਮ ਜਗ੍ਹਾ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਇਹ ਚੀਜ਼ਾਂ ਦਿਖਾ ਚੁੱਕਿਆ ਵਾਂ, ਅਤੇ ਉਹਦੀ ਮਜ਼ੀਦ ਤੁਹਾਨੂੰ ਮੈਂ ਡਿਟੇਲ ਦਿੰਦੇ ਹੋਏ ਮੈਂ ਤੁਹਾਨੂੰ ਦੱਸਾਂਗਾ ਕਿ ਵੀ ਇਹਦੇ ਅੰਦਰ ਜਿਹੜਾ ਹੈ ਕੀ ਅਵੇਲੇਬਿਲਿਟੀ ਕੀ ਸੀ, ਕਿਹੜੀ ਕਿਹੜੀ ਚੀਜ਼ ਇਹਦੇ 'ਚ ਹੈ ਸੀ. ਆਓ ਮੈਂ ਦੱਸਾਂ, ਅੰਦਰ ਚਲੀਏ ਜ਼ਰਾ. ਇਹ ਦੇਖੋ, ਇਹਨੂੰ ਸਿੱਧਾ ਜਾਣ ਵਾਸਤੇ ਰਸਤਾ ਕੋਈ ਨਹੀਂ ਹੈ, ਦਰਵਾਜ਼ੇ ਇਹਦੇ ਖਰਾਬ ਹੋ ਚੁੱਕੇ ਨੇ, ਛੱਤਾਂ ਗਿਰ ਚੁੱਕੀਆਂ ਨੇ, ਇਹ ਦੇਖੋ ਇਹ ਦਰਵਾਜ਼ੇ, ਇਹ ਅਲਮਾਰੀਆਂ, ਇਹ ਸਭ ਕੁਛ ਜਿਹੜਾ ਆਸਤਾ ਆਸਤਾ ਅਲੋਪ ਹੁੰਦਾ ਜਾ ਰਿਹਾ. ਇਹ ਛੱਤ ਚਲੀ ਗਈ, ਕਹਿ ਰਹੇ ਨੇ ਕਿ ਬਹੁਤ ਹੈਵੀ ਛੱਤਾਂ ਸਨ ਹੈਗੀਆਂ ਇਸ ਵਾਸਤੇ. ਬਸ ਇਹ ਕੁਛ ਸਮਝ ਨਹੀਂ ਆ ਕਿ ਕਮਰੇ 'ਚੋਂ ਦੂਸਰਾ ਕਮਰਾ, ਦੂਸਰੇ ਕਮਰੇ 'ਚੋਂ ਤੀਸਰਾ ਕਮਰਾ, ਤੀਸਰੇ ਕਮਰੇ ਤੋਂ ਚੌਥਾ ਕਮਰਾ, ਇਸ ਤਰ੍ਹਾਂ ਕਰਕੇ ਸਾਰਾ ਜਿਹੜਾ ਸੀ ਇਹ ਸਿਸਟਮ ਸੀ. ਇਹ ਪੂਰਾ ਬਰਾਂਦਾ ਸੀ, ਔਰ ਇਹ ਵਾਹ ਜੀ ਵਾਹ, ਕੁਛ ਸਹੀ ਹੈ. ਦੇਖੋ ਪੁਰਾਣੀ ਕੋਈ ਚੀਜ਼. ਇੱਕ ਕਮਰਾ ਹੈ, ਔਰ ਇਸ ਕਮਰੇ ਦੇ ਫਿਰ ਅੱਗੇ ਇੱਕ ਕਮਰਾ ਹੈ ਵਾਲਾ, ਇਹ ਜ਼ਰੂਰ 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 ਯਾਤਰੀ ਨਿਵਾਸ ਰਿਹਾ ਹੈ, ਔਰ ਇਸ ਦੇ ਅੱਗੇ ਬਹੁਤ ਵੱਡਾ ਸੇਨ ਹੈ, ਇਹ ਬਹੁਤ ਵੱਡੀ ਪ੍ਰੋਪਰਟੀ ਹੈ. ਇਹ ਪੂਰਾ ਹੱਥ ਆ ਜਿਹੜਾ ਉਸੇ ਜਗ੍ਹਾ ਦੇ ਉੱਤੇ ਜਿੱਥੇ ਗੁਰਦੁਆਰਾ ਸਾਹਿਬ ਸੀ. ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਸੈਂਡ ਟੈਂਪਲਸ ਆਫ ਪਾਕਿਸਤਾਨ. ਗੱਲ ਇਸ ਉਹਨਾਂ ਦੀ ਹੈ ਕਿ ਜਾਣ ਵਾਲੇ ਚਲੇ ਜਾਂਦੇ ਨੇ, ਸਭ ਕੁਛ ਇੱਥੇ ਹੀ ਰਹਿ ਜਾਂਦਾ. ਇਹ ਦੇਖੋ ਕਿੰਨੇ ਚਾਵਾਂ ਦੇ ਨਾਲ ਬਣਾਈਆਂ ਹੋਈਆਂ ਯਾਦਗਾਰਾਂ ਨੇ ਜਿਹੜੀਆਂ ਨੇ. ਇਹਦੇ ਬਾਹਰ ਕੋਈ ਕਮ ਅਜ਼ ਕਮ 10 ਤੋਂ 12 ਦੁਕਾਨਾਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਨੇ. ਹੁਣ ਕੀ ਕਿਹਾ ਜਾ ਸਕਦਾ ਕਿ 99 ਈਅਰਸ ਵਾਸਤੇ, ਮੈਂ ਪਹਿਲੇ ਕਦੀ ਕੋਈ ਗੁਰਦੁਆਰੇ ਦੇ ਮੁਤਲਕ ਨਹੀਂ ਸੁਣਿਆ ਕਿ ਅੱਜ ਤੱਕ 99 ਸਾਲ ਤੱਕ ਕਿਸੇ ਨੂੰ ਗੁਰਦੁਆਰਾ ਜਿਹੜਾ ਅਲੋਟ ਕੀਤਾ ਗਿਆ ਹੋਵੇ, ਲੇਕਿਨ ਇੱਥੋਂ ਇਹੀ ਐਵੀਡੈਂਸ ਮਿਲੇ ਨੇ ਕਿ ਇਹ ਗੁਰਦੁਆਰਾ ਜਿਹੜਾ 99 ਸਾਲ ਵਾਸਤੇ ਲੀਜ਼ 'ਤੇ ਦਿੱਤਾ ਗਿਆ, ਔਰ ਮੇਨ ਬਿਲਡਿੰਗ ਜਿਹੜੀ ਹੈ ਉਹ ਅਲੋਪ ਹੋ ਚੁੱਕੀ ਹੈ, ਹੁਣ ਇਸਦਾ ਕੁਛ ਪਾਰਟ ਹੀ ਬਾਕੀ ਹੈ. ਅਤੇ ਇਸ ਤੋਂ ਪਹਿਲੇ ਕਿ ਇਹ ਅਲੋਪ ਹੋ ਜਾਏ ਮੈਂ ਤੁਹਾਨੂੰ ਦਿਖਾਉਣ ਵਾਸਤੇ ਇੱਥੇ ਆ ਗਿਆ ਹਾਂ.
ਇਹ ਫਾਇਰ ਪਲੇਸ ਆਈ ਥਿੰਕ ਆਓ ਜੀ ਚੋਰ ਰਸਤੇ ਤੋਂ ਫਿਰ ਵਾਪਸ ਚੱਲੀਏ ਦਰਵਾਜ਼ਾ ਬੰਦ ਦੁਬਾਰਾ ਤਾਲਾ ਲਾ ਦਿੱਤਾ ਮੈਂ ਇਸ ਬਿਲਡਿੰਗ ਨੂੰ ਇਹ ਖਸਤਾ ਹਾਲ ਬਿਲਡਿੰਗ ਨੂੰ ਦੇਖ ਕੇ ਮੇਰਾ ਤਾਂ ਦਿਲ ਦੁੱਖਦਾ ਕਿ ਮੈਂ ਕਹਿੰਦਾ ਵਾਂ ਕਿ ਜੋ ਚੀਜ਼ ਜਿਹੜੀ ਵੀ ਮਜ਼ਹਬ ਦੀ ਹੈ ਉਹਦੇ ਹਵਾਲੇ ਹੋਣੀ ਚਾਹੀਦੀ ਹੈ ਅਗਰ ਇਸ ਪੰਜਾਬ 'ਚ ਮਸਜਿਦਾਂ ਨੇ ਤਾਂ ਮੁਸਲਮਾਨਾਂ ਦੇ ਹਵਾਲੇ ਹੋਣੀਆਂ ਚਾਹੀਦੀਆਂ ਨੇ ਅਗਰ ਵੈਸਟ ਪੰਜਾਬ ਵਿੱਚ ਗੁਰਦੁਆਰੇ ਨੇ ਜਾਂ ਮੰਦਿਰ ਨੇ ਉਹ ਜਿਹੜੇ ਨੇ ਉਹ ਹਵਾਲੇ ਹੋਣੇ ਚਾਹੀਦੇ ਨੇ ਸਿੱਖ ਸੰਗਤ ਦੇ ਔਰ ਅਗਰ ਮੰਦਿਰ ਹੈ ਉਹ ਹਿੰਦੂ ਬਰਾਦਰੀ ਦੇ ਹਵਾਲੇ ਹੋਣੇ ਚਾਹੀਦੇ ਨੇ ਹਰ ਮਜ਼ਹਬ ਦੀ ਹਰ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹਦੇ ਵਾਸਤੇ ਅਵੇਲੇਬਲ ਹੋਣੀ ਚਾਹੀਦੀ ਜਿਹਦਾ ਕਾਇਦ ਆਜ਼ਮ ਸਾਹਿਬ ਨੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ 47 ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਹਰ ਵਸਤ ਸਭ ਵਸਤ ਪਾਕਿਸਤਾਨ ਸਭ ਦੇ ਲਈ ਹੈ ਜਿਹੜਾ ਵਾਈਟ ਕਾਰਡ ਰੱਖਿਆ ਸੀ ਉਹਦਾ ਮਕਸਦ ਉਹਦਾ ਪ੍ਰਚਾਰ ਅਸੀਂ ਕਰ ਰਹੇ ਹਾਂ ਉਸ ਚੀਜ਼ ਨੂੰ ਲੈ ਕੇ ਅੱਗੇ ਤੁਰ ਰਹੇ ਹਾਂ ਕਿ ਪਾਕਿਸਤਾਨ ਜਿਹੜਾ ਉਹ ਸਭ ਦੇ ਸੀ ਔਰ ਪਾਕਿਸਤਾਨ ਸਭ ਵਾਸਤੇ ਅਗਰ ਕੁਝ ਲੋਕ ਭੁੱਲ ਗਏ ਨੇ ਤਾਂ ਬਰਾਹੇ ਕਰਨ ਉਹ ਇਸ ਚੀਜ਼ ਨੂੰ ਯਾਦ ਰੱਖਣ ਕਿ ਇਹਨਾਂ ਮਿਨੋਰਟੀਜ਼ ਨੇ ਪਾਕਿਸਤਾਨ ਦੇ ਹੱਕ ਦੇ ਵਿੱਚ ਵੋਟ ਦਿੱਤਾ ਸੀ ਲਿਹਾਜ਼ਾ ਇਹਨਾਂ ਦੇ ਹੈਰੀਟੇਜ ਦੀ ਕਦਰ ਕਰਨਾ ਸਾਡਾ ਫਰਜ਼ ਹੈ ਅਗਰ ਕੋਈ ਕੋਈ ਇਬਾਦਤ ਕਾ ਕਿਸੇ ਵੀ ਮਜ਼ਹਬ ਦੀ ਹੋਵੇ ਉਹਦੀ ਕਰਨੀ ਚਾਹੀਦੀ ਹੈ ਹਾਂ ਉਹ ਤੁਸੀਂ ਉਸ ਮਜ਼ਹਬ ਨੂੰ ਸਹੀ ਸਮਝਦੇ ਹੋ ਜਾਂ ਗਲਤ ਸਮਝਦੇ ਹੋ ਲੇਕਿਨ ਮਜ਼ਹਬੀ ਜਗ੍ਹਾ ਜਿਹੜੀ ਹੈ ਉਹਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਵਿੱਚ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਮਿਰਜ਼ਾ ਸਾਹਿਬ ਕੈਮਰਾ ਬੰਦ ਨਹੀਂ ਕਰ